ਐਸੀ ਪੀਸੀ ਤੋਂ ਬਲਾਦਰਾ ਨੂੰ ਕਹਿ ਦਿੱਤਾ ਕਿ ਇਹਨਾਂ ਨੂੰ ਕੋਈ ਕੋਪਰੇਟ ਨਹੀਂ ਕਰ ਸਾਡੇ ਜੈਦਾਰ ਸਾਹਿਬ ਅੱਜ ਸਰੋਪੇ ਵੀ ਆਪ ਕਬਜ਼ੇ ਕਰੂ ਲੈ ਕੇ ਆਏ ਸਾਨੂੰ ਪਤਾ ਲੱਗਿਆ ਵੀ ਸਰਜੀਤ ਸਿੰਘ ਦੇ ਘਰੇ ਜਾ ਰਹੇ ਲੋਕਾਂ ਨੂੰ ਰੋਕਿਆ ਜਾ ਰਿਹਾ ਮੈਂ ਕੋਈ ਬੰਦਾ ਅੱਜ ਵੀ ਜਾ ਕੇ ਪੁੱਛਦੇ ਮੈਂ ਕਿਸੇ ਨੂੰ ਰੋਕਿਆ ਹੋਵੇ ਜਾਂ ਪਰਮਿੰਦਰ ਨੇ ਰੋਕਿਆ ਹੋਵੇ ਭਾਈ ਤੁਸੀਂ ਦੋ ਤਾਰੀਖ ਪਹਿਲਾਂ ਦੋ ਤਾਰੀਖ ਦੇ ਕਰਨ 'ਚ ਨਹੀਂ ਜਾਣਾ ਲੇਕਿਨ ਅਸੀਂ ਤੇਈ ਨੂੰ ਰੱਖਿਆ ਇੱਕ ਵੀ ਘਰ ਐਸਾ ਨਹੀਂ ਹੋਣਾ ਜਿਹਨੂੰ ਉਹਨਾਂ ਨੇ ਰੋਕਿਆ ਨਹੀਂ ਪਰ ਉਹਨਾਂ ਤੋਂ ਡਰ ਵੀ ਘੱਟ ਹੋਇਆ ਪਰ ਜੋ ਤੁਸੀਂ ਬੋਲ ਗਿਆ ਸੀ ਜਿਹੜਾ ਪੈਸੇ ਦਾ ਹੰਕਾਰ ਸੀ ਤਸਵੀਰ ਵਿੱਚ ਉਹ ਹੰਕਾਰ ਤੋੜਨ ਲਈ ਲੋਕਾਂ ਨੇ ਇੰਨੇ ਵੱਧ ਕਰਕੇ ਆਏ ਕਿ ਸਾਰੇ ਖਰਚੇ ਵੀ ਆਪਣੇ ਕੋਲ ਕੀਤੇ ਬੱਸਾਂ ਸਕੂਲਾਂ ਨੇ ਦਿੱਤੀਆਂ ਸਕੂਲਾਂ ਦੇ ਬੱਸਾਂ 'ਚ ਡੀਜ਼ਲ ਪਾ ਕੇ ਭੇਜਿਆ ਪਰ ਇਸ ਤਰ੍ਹਾਂ ਦਾ ਮਾਹੌਲ ਉੱਥੇ ਬਣਿਆ ਕਿ ਉਹਨਾਂ ਨੇ ਦੱਸਿਆ ਨਹੀਂ ਕਿ ਇਹ ਹੰਕਾਰ ਹੰਕਾਰੀ ਬੰਦਿਆਂ ਦੇ ਵੱਡੇ ਵੱਡੇ ਲੋਕਾਂ ਨੇ ਹੰਕਾਰ ਤੋੜੇ ਨੇ ਕਹਿੰਦਾ ਜਦੋਂ ਮੈਂ ਜਦੋਂ ਪਿਛਲੀ ਵਾਰ ਜਿੱਤੇ ਸੀ ਉਦੋਂ ਸੁਖਬੀਰ ਬਹੁਤ ਚੰਗਾ ਸੀ ਮੈਂ ਕਿਹਾ ਕੁਦਰਤੀ ਹੈ ਜਿਹਨੂੰ ਜਿੱਤ ਮਿਲਦੀ ਹੈ ਉਹ ਵੀ ਪ੍ਰਧਾਨਗੀ ਪ੍ਰਧਾਨ ਨੂੰ ਸ਼ਾਬਾਸ਼ ਮਿਲਦੀ ਹੈ ਲਿਹਾਜ਼ ਮਿਲਦੀ ਹੈ ਉਹਦੀ ਹਾਰ ਦੀ ਜ਼ਿੰਮੇਵਾਰੀ ਵੀ ਪ੍ਰਧਾਨ ਦੀ ਬਣਦੀ ਹੈ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਿਆ ਵੀ ਹੋਈ ਉਹਨੂੰ ਤੀਨ ਮਿੰਟ ਦੀ ਗੱਲ ਦਾ ਅਸੀਂ ਫੈਸਲਾ ਕੀਤਾ ਚਾਰ ਪੰਜ ਬੰਦੇ ਬੈਠੇ ਅਸੀਂ ਕਿਹਾ ਬਾਦ ਸਾਹਿਬ ਤੁਸੀਂ ਜਾਓ ਆ ਚਿੱਠੀ ਬਣਾਈ ਦੋ ਬਹੁਤ ਬੁੱਧੀਜੀਵੀ ਮਸ਼ਹੂਰ ਬੁੱਧੀਜੀਵੀਆਂ ਨੇ ਚਿੱਠੀ ਲਿਖੀ ਕਿ ਤੁਸੀਂ ਜਾਓ ਅਕਾਲ ਤਖ਼ਤ ਸਾਹਿਬ 'ਤੇ ਔਰ ਜਾ ਕੇ ਕਹੋ ਕਿ ਮੈਂ ਤੁਹਾਨੂੰ ਯਕੀਨ ਕਰਵਾਉਣਾ ਆ ਸਾਡੇ ਤੁਹਾਨੂੰ ਯਕੀਨ ਕਰਵਾਉਣਾ ਉਹਨਾਂ ਨੂੰ ਪੜੂੰਗਾ ਵੀ ਔਰ ਉਹਨਾਂ ਨੂੰ ਸਜ਼ਾ ਵੀ ਸਜ਼ਾਵਾਂ ਵੀ ਦੇਊਂਗਾ ਬਹੁਤ ਵੀ ਪੁਰਾਣੇ ਦੋਸਤ ਔਰ ਮੇਰੇ ਛੋਟੇ ਭਰਾ ਸਰਦਾਰ ਸਰਬਜੀਤ ਸਿੰਘ ਗੁਰਬਾਣੀ ਜੀ ਦੇ ਸੱਦੇ 'ਤੇ ਆਏ ਬਹੁਤ ਹੀ ਸਤਿਕਾਰਯੋਗ ਮੇਰੇ ਬਜ਼ੁਰਗ ਅਤੇ ਨੌਜਵਾਨ ਦਾਦੀ ਮੇਰੇ ਨਾਲ ਆਏ ਮੇਰੇ ਤੋਂ ਪਹਿਲਾਂ ਜਥੇਦਾਰ ਬਲਵੰਤ ਸਿੰਘ ਜੀ ਜੋ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਵੀ ਰਹੇ ਨੇ ਔਰ ਸਿਹਤ ਦੇ ਬਾਵਜੂਦ ਵੀ ਉਹ ਵੀ ਪਹੁੰਚੇ ਨੇ ਬੀਬੀ ਗੁਰਸ਼ਨ ਜੀ ਜਿਹੜੇ ਦੋ ਵਾਰੀ ਮੈਂਬਰ ਪਾਰਲੀਮੈਂਟ ਰਹੇ ਅਤੇ ਜਿਨ੍ਹਾਂ ਨੇ ਅਤੇ ਸਰਦਾਰ ਗੁਰੂਮਾਈ ਸਾਹਿਬ ਨਾਲ ਬਹੁਤ ਇਹਨਾਂ ਦਾ ਮਾਨ ਸਤਿਕਾਰ ਪਿਆਰ ਹੈ ਪਰ ਸਾਡੇ ਨਾਲ ਹੀ ਬੀਬੀ ਹਰਜੀਤ ਕੌਰ ਜਿਸ ਤਰ੍ਹਾਂ ਸਾਡੇ ਭੋਲਾ ਸਿੰਘ ਨੇ ਦੱਸਿਆ ਕਿ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਦੇ ਸਪੁੱਤਰੀ ਨੇ ਔਰ ਜਲੰਧਰ ਤੋਂ ਸਾਡੇ ਨਾਲ ਮਿਲੇ ਨੇ ਜਿੱਥੇ ਵੀ ਜਾਂਦੇ ਹਾਂ ਉਹ ਸਾਡੇ ਨਾਲ ਆਉਂਦੇ ਨੇ ਬਾਕੀ ਸਾਰੀ ਸੰਗਤ ਜੇ ਮੇਰੇ ਨਾਲ ਆਈ ਹੈ ਕਿ ਨਵੇਂ ਨਵੇਂ ਜੇ ਤਾਂ ਬਹੁਤ ਬੀਬੀਆਂ ਜਾਂ ਸਭ ਤੋਂ ਪਹਿਲਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਉਣ ਦਾ ਮਕਸਦ ਇੱਕ ਤਾਂ ਇਹੀ ਸੀ ਕਿ ਮੇਰੇ ਪਰਮ ਮਿੱਤਰ ਨੇ ਸਰਦਾਰ ਸਰਬਜੀਤ ਸਿੰਘ ਅਸੀਂ ਬੈਠੇ ਸੀ ਬਹੁਤ 40-45 ਸਾਲ ਤੋਂ ਸਾਡੀ ਦੋਸਤੀ ਵੀ ਹੈ ਰਿਸ਼ਤੇਦਾਰੀ ਵਰਗੇ ਕੰਮ ਹੈ ਇਹਨਾਂ ਦੇ ਘਰ ਖਾਣਾ ਵੀ ਖਾਣਾ ਸੀ ਪ੍ਰੋਗਰਾਮ ਬਣਿਆ ਔਰ ਜੋ ਕੁਛ ਤੁਸੀਂ ਦੱਸਿਆ ਉਹ ਬਹੁਤ ਹੀ ਨੀਵੀਂ ਪੱਧਰ ਦੀਆਂ ਗੱਲਾਂ ਹੋਈਆਂ ਅੱਜ ਇਹ ਨਹੀਂ ਹੋਈਆਂ ਪਹਿਲਾਂ ਅਸੀਂ ਉਹ ਦੱਸਦੇ ਗਏ ਹਾਂ ਉੱਥੇ ਵੀ ਰੋਕੇ ਗਏ ਸਭ ਤੋਂ ਪਹਿਲਾਂ ਤਾਂ ਅਸੀਂ ਕਿਉਂਕਿ ਜਦੋਂ ਬਠਿੰਡੇ ਵਿੱਚ ਜਿਹੜੇ 'ਚ ਆਉਣਾ ਸੀ ਸ਼ੁਰੂ ਕਰਨਾ ਸੀ ਸਾਡਾ ਪ੍ਰੋਗਰਾਮ ਬਣਿਆ ਕਿ ਤਖ਼ਤ ਸਾਹਿਬ 'ਤੇ ਜਾ ਕੇ ਪਹਿਲਾਂ ਮੱਥਾ ਟੇਕੀਏ ਉਸ ਤੋਂ ਬਾਅਦ ਉੱਥੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਸ਼ਕਤੀ ਲੈ ਕੇ ਅਤੇ ਤਾਂ ਪ੍ਰੋਗਰਾਮ ਸ਼ੁਰੂ ਕਰੀਏ ਐਸ ਜੀ ਪੀ ਸੀ ਦੇ ਬਲਾਦਰਾਂ ਨੂੰ ਕਹਿ ਦਿੱਤਾ ਕਿ ਇਹਨਾਂ ਨੂੰ ਕੋਈ ਕੋਪਰੇਟ ਨਹੀਂ ਕਰਨਾ ਸਾਡੇ ਜਥੇਦਾਰ ਸਾਹਿਬ ਪੰਜ ਸਰੋਪੇ ਵੀ ਆਪ ਆਪਣੇ ਘਰੋਂ ਲੈ ਕੇ ਆਏ ਸਰੋਪੇ ਵੀ ਇਹਨਾਂ ਨੇ ਦਿੱਤੇ ਉਹਨਾਂ ਦਾ ਕੋਈ ਨਹੀਂ ਆਇਆ ਕਿ ਹਾਲਾਂਕਿ ਤਖ਼ਤ ਸਾਹਿਬ 'ਤੇ ਕੋਈ ਵੀ ਆਵੇ ਕਿਸੇ ਪਾਰਟੀ ਨਾਲ ਸੰਬੰਧਿਤ ਰੱਖਦਾ ਹੋਵੇ ਅਤੇ ਉਹਨੂੰ ਮਾਣ ਸਤਿਕਾਰ ਦੇਣਾ ਕਿਉਂਕਿ ਸਿੱਖ ਧਰਮ ਤਾਂ ਸਾਰਿਆਂ ਦਾ ਸਾਂਝਾ ਹੈ ਕੋਈ ਕਿਸੇ ਪਾਰਟੀ 'ਚ ਹੋਵੇ ਕਿਸੇ ਨਾਲ ਠੀਕ ਚੱਲਦਾ ਹੋਵੇ ਐਸ ਜੀ ਪੀ ਸੀ ਨਾਲ ਬਣਦਾ ਬਣਦੀ ਹੋਵੇ ਤਾਂ ਉਹਦਾ ਹੱਕ ਹੈ ਕਿ ਸਾਰਿਆਂ ਨੂੰ ਮਿਲੇ ਸਾਰਿਆਂ ਨਾਲ ਕਰੇ ਲੇਕਿਨ ਚਲੋ
ਫਿਰ ਸਾਨੂੰ ਪਤਾ ਲੱਗਿਆ ਵੀ ਸਰਬਜੀਤ ਸਿੰਘ ਦੇ ਘਰੇ ਜਾਣਾ ਹੈ, ਲੋਕਾਂ ਨੂੰ ਰੋਕਿਆ ਜਾ ਰਿਹਾ। ਇੱਕ ਮੈਂ ਤੁਹਾਨੂੰ ਛੋਟੀ ਜਿਹੀ ਹੋਰ ਗੱਲ ਦੱਸਦਾ ਕਿ ਉਹਨਾਂ ਨੇ 2 ਤਾਰੀਖ ਨੂੰ ਜਦੋਂ ਉਹਨਾਂ ਦੇ ਸਾਰੇ ਹਲਕਾ ਇੰਚਾਰਜ ਸੀ ਜਿਹੜੇ ਉਹ ਆਪਣੇ ਨਾਲ ਲਾਏ, ਮੈਂ ਕੋਈ ਬੰਦਾ ਅੱਜ ਵੀ ਜਾ ਕੇ ਪੁੱਛਦੇ ਮੈਂ ਕਿਸੇ ਨੂੰ ਰੋਕਿਆ ਹੋਵੇ ਜਾਂ ਪਰਵਿੰਦਰ ਨੇ ਰੋਕਿਆ ਹੋਵੇ ਭਾਈ ਤੁਸੀਂ 2 ਤਾਰੀਖ ਇਹਨਾਂ ਦੀ 2 ਤਾਰੀਖ ਦੀ ਕੱਟ 'ਚ ਨਹੀਂ ਜਾਣਾ, ਲੇਕਿਨ ਅਸੀਂ 23 ਨੂੰ ਰੱਖਿਆ। ਇੱਕ ਵੀ ਘਰ ਐਸਾ ਨਹੀਂ ਹੋਣਾ ਜਿਹਨੂੰ ਉਹਨਾਂ ਨੇ ਰੋਕਿਆ ਨਹੀਂ, ਔਰ ਉਹਨਾਂ ਤੋਂ ਡਬਲ ਕੱਟ ਹੋਇਆ। ਔਰ ਜੋ ਕੁਛ ਬੋਲ ਗਿਆ ਸੀ ਜਿਹੜਾ ਪੈਸੇ ਦਾ ਹੰਕਾਰ ਸੀ ਸੁਖਬੀਰ ਵਿੱਚ, ਉਹ ਹੰਕਾਰ ਤੋੜਨ ਲਈ ਲੋਕਾਂ ਨੇ ਇੰਨੇ ਵੱਧ ਚੜ ਕੇ ਆਏ ਕਿ ਸਾਰੇ ਖਰਚੇ ਵੀ ਆਪਣੇ ਕੋਲ ਕੀਤੇ, ਬੱਸਾਂ ਸਕੂਲਾਂ ਨੇ ਦਿੱਤੀਆਂ, ਸਕੂਲਾਂ ਨੇ ਬੱਸਾਂ 'ਚ ਡੀਜ਼ਲ ਪਾ ਕੇ ਭੇਜਿਆ। ਪਰ ਇਸ ਤਰ੍ਹਾਂ ਦਾ ਮਾਹੌਲ ਉੱਥੇ ਬਣਿਆ ਕਿ ਉਹਨਾਂ ਨੇ ਦੱਸਿਆ ਨਹੀਂ ਕਿ ਹੰਕਾਰ ਹੰਕਾਰੀ ਬੰਦਿਆਂ ਦੇ ਵੱਡੇ ਵੱਡੇ ਲੋਕਾਂ ਨੇ ਹੰਕਾਰ ਤੋੜੇ ਨੇ। ਇਸ ਕਰਕੇ ਇਹਨੇ ਕੋਸ਼ਿਸ਼ ਕੀਤੀ ਹੈ ਕਿ ਕਹਿੰਦੇ ਜੀ ਬਠਿੰਡੇ ਤਾਂ ਕੋਈ ਆ ਹੀ ਨਹੀਂ ਸਕਦਾ, ਬਠਿੰਡੇ ਤਾਂ ਕੋਈ ਗੱਲ ਹੀ ਨਹੀਂ ਹੈ। ਆਹ ਜੇ ਤੁਸੀਂ ਦੇਖਿਆ ਪਹਿਲਾਂ ਤੁਹਾਡਾ ਤੁਹਾਡੇ ਘਰ ਦੇਖ ਲਿਆ ਜੀ ਕਿੰਨਾ ਘਰ ਸੀ, ਅੱਜ ਹੁਣ ਤੁਹਾਡੇ ਸਾਹਮਣੇ ਮੈਨੂੰ ਹੁਣੀ ਸਾਹਿਬ ਜੀ ਕਹਿ ਰਿਹਾ ਸੀ ਕਿ ਮੈਂ ਤਾਂ ਕੁਰਸੀਆਂ ਬਹੁਤ ਮੰਗਾਈਆਂ ਪਰ ਉਹ ਵੀ ਛੁੱਟ ਗਈਆਂ, ਹੁਣ ਆ ਕੇ ਕਈਆਂ ਨੂੰ ਖੜਨਾ ਪੈ ਗਿਆ, ਉਹਦੀ ਮਾਫ਼ੀ ਵੀ ਮੰਗੀ ਹੈ ਮੈਂ ਭਾਈ ਮੈਂ ਤੁਹਾਡੀ ਨਹੀਂ ਖੜਾਈ ਕਰਨੀ। ਹੁਣ ਮੈਂ ਇੱਕ ਗੱਲ ਕਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਕਿ ਇਹ ਇੱਕ ਬੁਢਾਪੇ ਗੱਲ ਕਰਦੇ ਆ ਕਿ ਜੀ ਇਹਨੂੰ ਬੜੇ ਉਹਨੇ ਦਿੱਤੇ ਇਹਨਾਂ ਨੂੰ, ਤੇ ਸੁਖਬੀਰ ਕਹਿੰਦਾ ਮੈਂ ਉਹਨੇ ਦਿੱਤੇ। ਪਹਿਲਾਂ ਤਾਂ ਉਹਨੂੰ ਪੁੱਛਿਆ ਵੀ ਉਹਨੇ, ਮੈਂ ਉਹਨੂੰ ਪੁੱਛਿਆ ਮੈਂ ਉਹ ਇਹੀ ਦੱਸਦੇ ਮੈਂ ਤਾਂ ਬਹੁਤ ਵੱਡੀਆਂ ਜੇਲ੍ਹਾਂ ਵੀ ਕੱਟੀਆਂ, ਅਸੀਂ ਤਾਂ ਇਹੀਆਂ ਜੇਲ੍ਹਾਂ ਵੀ ਕੱਟੀਆਂ ਜਿੱਥੇ ਸਾਨੂੰ 6-6 ਮਹੀਨੇ ਕਿਸੇ ਨੂੰ ਮਿਲ ਤੱਕ ਨਹੀਂ ਦਿੱਤਾ। ਪਰ ਸੁਖਬੀਰ ਦੱਸੇ ਵੀ ਕਿਤੇ ਜੇਲ੍ਹ ਕੱਟੀ ਹੈ, ਕਿਤੇ ਕੋਈ ਪਾਰਟੀ ਦੇ ਕੰਮ ਕੀਤਾ, ਚਲੋ ਇਹ ਵੀ ਛੱਡੋ, ਕੋਈ ਅਸੀਂ ਅਮੀਨ ਨਹੀਂ ਆ। ਨੰਬਰ 2 ਕੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੱਸ ਸਕਦੇ ਨੇ ਕਿ ਉਹਨੂੰ 5 ਵਾਰੀ ਮੁੱਖ ਮੰਤਰੀ ਬਣਾਉਣ ਵਿੱਚ ਕਿਹਦਾ ਕਿਹਦਾ ਰੋਲ ਸੀ, ਕਿਹਦੇ ਕਿਹਦੇ ਵੋਟਾਂ ਪਈਆਂ, ਕੀ ਸੀ? ਫਿਰ ਬੜਾ ਕਹਿੰਦੇ ਕਹਿੰਦੇ ਜੀ ਜਦੋਂ ਪਹਿਲਾਂ ਵਿੱਚ ਸੀ ਉਹਨਾਂ ਨਾਲ ਬੋਲੇ ਉਹਦੇ ਬਾਰੇ, ਮੈਂ ਕਹਿੰਦਾ ਵੀ ਜਿੱਦਣ ਅਸੀਂ ਇਲੈਕਸ਼ਨ ਸੁਖਬੀਰ ਦੀ ਪ੍ਰਧਾਨਗੀ ਥੱਲੇ ਅਸੀਂ ਇਲੈਕਸ਼ਨ ਹਾਰ ਗਏ, 14 ਸੀਟਾਂ ਜਿੱਤੇ ਸਿਰ, ਤੇ ਮੈਂ ਪਹਿਲੀ ਕੋਰ ਕਮੇਟੀ ਦੀ ਮੀਟਿੰਗ ਸੀ, ਮੈਂ ਉੱਠ ਕੇ ਕਿਹਾ ਮੈਂ ਕਿਹਾ ਸੁਖਬੀਰ ਸਿੰਘ ਤੈਨੂੰ ਰਿਜ਼ਾਈਨ ਕਰਨਾ ਚਾਹੀਦਾ ਪ੍ਰਧਾਨਗੀ ਤੋਂ, ਆਪਾਂ ਬੁਰੀ ਤਰ੍ਹਾਂ ਹਾਰ ਗਏ। ਔਰ ਬਨਪੁਰਾ ਸਾਹਿਬ ਨੇ ਮੇਰੀ ਸਪੋਰਟ ਕੀਤੀ, ਉਹਨਾਂ ਕਿਹਾ ਠੀਕ ਕਹਿੰਦੇ ਆ। ਔਰ ਉਸ ਤੋਂ ਬਾਅਦ ਗੁੱਸੇ 'ਚ ਹੋ ਗਿਆ, ਬਾਲ ਸਾਹਿਬ ਵੀ ਕਹਿਣ ਲੱਗੇ ਜੀ ਮੇਰੀ, ਮੈਂ ਕਿਹਾ ਬਾਲ ਸਾਹਿਬ ਨੂੰ ਬਣਾ ਲਓ ਪ੍ਰਧਾਨ, ਕਹਿੰਦੇ ਮੇਰੀ ਸਿਹਤ ਨਹੀਂ ਅਲਾਊ ਕਰਦੀ ਇਹ ਗੱਲ, ਮੈਂ ਉਹ ਕਹਿ ਰਿਹਾ ਜਿਹੜੀ 1% ਕੋਈ ਝੂਠ ਕਰਦੇ ਜੋ ਮਰਜ਼ੀ ਮੇਰੇ ਨਾਲ ਕਰ ਲਿਓ, ਨਹੀਂ ਮੰਨੇ, ਕੁੱਟ ਕੇ ਤੁਰਨ ਲੱਗਿਆ। ਕਹਿੰਦਾ ਜਦੋਂ ਮੈਂ ਜਦੋਂ ਪਿਛਲੀ ਵਾਰੀ ਜਿੱਤੇ ਸੀ ਉਦੋਂ ਸੁਖਬੀਰ ਬਹੁਤ ਚੰਗਾ ਸੀ, ਮੈਂ ਕਿਹਾ ਕੁਦਰਤੀ ਹੈ ਜਦੋਂ ਜਿੱਤ ਮਿਲਦੀ ਹੈ ਉਹ ਵੀ ਪ੍ਰਧਾਨਗੀ ਪ੍ਰਧਾਨ ਨੂੰ ਸ਼ਾਬਾਸ਼ ਮਿਲਦੀ ਹੈ, ਲਿਹਾਜ਼ ਮਿਲਦੀ ਹੈ, ਉਹਦੀ ਹਾਰ ਦੀ ਜ਼ਿੰਮੇਵਾਰੀ ਵੀ ਪ੍ਰਧਾਨ ਦੀ ਬਣਦੀ ਹੈ, ਇਸ ਕਰਕੇ ਉਹਨੇ ਨਹੀਂ ਮੰਨਿਆ। ਅਸੀਂ ਫਿਰ ਗਿਆ ਕਿ ਫਿਰ ਕੌਣ ਗਿਆ, ਫਿਰ ਚਲੋ ਅਜੇ ਵੀ ਕਰ ਲਓ, ਨਹੀਂ ਮੰਨੇ ਕਿਸੇ ਵੀ ਤਰੀਕੇ ਨਾਲ ਨਾ ਮੰਨੇ। ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਉਦੋਂ ਟੀਮ ਮਿਨਿਸਟਰ ਸੀ ਬਾਲ ਸਾਹਿਬ, ਅਸੀਂ ਫੈਸਲਾ ਕੀਤਾ 4-5 ਬੰਦੇ ਬੈਠੇ, ਅਸੀਂ ਕਿਹਾ ਬਾਲ ਸਾਹਿਬ ਤੁਸੀਂ ਜਾਓ ਆਹ ਚਿੱਠੀ ਬਣਾਈ, ਦੋ ਬਹੁਤ ਬੁੱਧੀਜੀਵੀ ਮਸ਼ਹੂਰ ਬੁੱਧੀਜੀਵੀਆਂ ਨੇ ਚਿੱਠੀ ਲਿਖੀ ਕਿ ਤੁਸੀਂ ਜਾਓ ਅਕਾਲ ਤਖ਼ਤ ਸਾਹਿਬ 'ਤੇ ਔਰ ਜਾ ਕੇ ਕਹੋ ਕਿ ਮੈਂ ਤੁਹਾਨੂੰ ਯਕੀਨ ਦਿਵਾਉਣ ਆਇਆ, ਸੰਗਤ ਨੂੰ ਯਕੀਨ ਦਿਵਾਉਣਾ, ਉਹਨਾਂ ਨੂੰ ਪੜੂੰਗਾ ਵੀ ਔਰ ਉਹਨਾਂ ਨੂੰ ਸਜ਼ਾਵਾਂ ਵੀ ਦੇਊਂਗਾ, ਪਰ ਕਿਉਂਕਿ ਮੇਰੇ ਰਾਜ ਪ੍ਰਬੰਧ ਵਿੱਚ ਹੋਇਆ ਉਹਦੀ ਮੈਂ ਸਾਰੇ ਪੰਥ ਤੋਂ ਕਿਵੇਂ ਮੰਨਦਾ, ਅਕਾਲ ਤਖ਼ਤ ਸਾਹਿਬ ਤੋਂ ਕਿਵੇਂ ਮੰਨਦਾ, ਨਾਲੇ ਚਿੱਠੀ ਦੇ ਗਿਆ। ਕਹਿੰਦੇ ਠੀਕ ਹੈ, ਔਰ ਤੁਰ ਕੇ ਰਸਤੇ 'ਚ ਹੁੰਦੇ ਚਿੱਠੀ ਵੀ ਕਿਸੇ ਦੇ ਹੱਥੀ ਭੇਜ ਦਿੱਤੀ। ਫਿਰ ਹੁਣ ਸਾਡੇ ਕੋਲ ਕੀ ਰਹਿ ਗਿਆ ਸੀ, ਹੁਣ ਕੋਈ ਕਸਮ ਦੀ ਪੁੱਛਣਾ ਪੁੱਛਣਾ, ਫਿਰ ਫੈਸਲੇ ਘਰੇ ਬੈਠ ਕੇ ਕਰਨ ਲੱਗੇ। ਪਾਰਟੀ ਡੈਮੋਕ੍ਰੈਟਿਕ ਪਾਰਟੀ ਹੈ, ਇਹ ਪਾਰਟੀ ਬਣੀ ਹੈ ਕੁਰਬਾਨੀਆਂ ਤੋਂ ਬਾਅਦ, ਪਾਰਟੀ ਬਣੀ ਹੈ 500 ਕੁਰਬਾਨੀਆਂ ਹੋਈਆਂ, ਔਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਬੁਨਿਆਦ ਰੱਖੀ ਗਈ ਸੀ, ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰੇ ਆਜ਼ਾਦ ਕਰਾਉਣ ਲਈ ਸੀ, ਅਸੀਂ ਕਿਹਾ ਵੀ ਜੇ ਹੁਣ ਇਹ ਹਾਲਾਤ ਹੋ ਗਏ ਕਿ NGPC ਨੂੰ ਵੀ ਲੁੱਟਿਆ ਜਾ ਰਿਹਾ, ਬੜੇ ਬੜੇ ਸਕੈਂਡਲ ਹੋ ਰਹੇ ਨੇ, ਔਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਜੋ ਪੋਜੀਸ਼ਨ ਬਣਾ ਦਿੱਤੀ
ਜਿਹਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਨੂੰ ਪੇਸ਼ ਹੋਣਾ ਪਿਆ ਸੀ। ਅੱਜ ਉਹਨੇ ਰਣਜੀਤ ਸਿੰਘ ਬਣਾ ਦਿੱਤੀ ਕਿ ਉਹਦਾ ਜਥੇਦਾਰ ਜਾ ਕੇ ਸੁਖਬੀਰ ਦੀ ਕੋਠੀ ਜਾ ਕੇ ਜਦੋਂ ਹੁਕਮ ਕਰੇ ਉਹ ਜੋ ਮਰਜ਼ੀ ਚਿੱਠੀ ਲਿਖ ਕੇ ਬਿਆਨ ਦੇਵੇ ਉਹਦੇ ਦਸਤਖਤ ਕਰਕੇ ਭੇਜ ਦੇ। ਅਸੀਂ ਕਹੇ ਸਾਡੀਆਂ ਮੈਂ ਮੇਰੀ ਤਾਂ 83-84 ਸਾਲ ਦੀ ਉਮਰ ਹੋ ਗਈ, ਮੈਂ ਤਾਂ ਸਭ ਕੁਝ ਛੱਡੀ ਬੈਠਾ ਸੀ। ਮੈਂ ਆਪਣੇ ਮਨ ਵਿੱਚ ਸੋਚਿਆ ਕਿ ਹੁਣ ਬੜੀਆਂ ਨਸਲਾਂ ਕੀ ਕਰੀਏ, ਵੀ ਕੋਈ ਅਕਾਲੀ ਨਹੀਂ ਸੀ ਜਿਹਦੇ 'ਚ ਕਿ ਹਿੰਮਤ ਹੋਵੇ ਕਹਿ ਸਕੇ ਵੀ ਇਹ ਰੁੱਟੀ ਜਾ ਰਹੀ ਹੈ ਸ਼੍ਰੋਮਣੀ ਕਮੇਟੀ, ਇਹਨੂੰ ਰੋਕਿਆ ਜਾਵੇ, ਸ਼੍ਰੋਮਣੀ ਅਕਾਲੀ ਦਲ ਦੀ ਬੁਰੀ ਹਾਲਤ ਹੋ ਰਹੀ ਹੈ, ਇਹਨੂੰ ਰੋਕਿਆ ਜਾਵੇ, ਕੋਈ ਤਾਂ ਹੋਵੇ। ਮੈਂ ਕਿਹਾ ਚਲੋ ਮੈਂ ਆਵਾਜ਼ ਉਠਾਈ, ਅੱਜ ਇੰਨੀ ਵੱਡੀ ਤਾਦਾਦ ਵਿੱਚ ਲੋਕ ਆਏ ਨੇ। ਅੱਜ ਬਠਿੰਡੇ ਕਹਿੰਦੇ ਸੀ ਨਾ ਬਠਿੰਡੇ ਨਹੀਂ ਆਉਣਾ, ਅਤੇ ਬਠਿੰਡੇ ਦੇਖ ਲਿਆ ਅੱਜ ਸਿਰਫ ਮੀਡੀਆ ਰੱਖੀ ਹੈ, ਅੱਜ ਕੋਈ ਮੁਕਾਮ ਫੰਡ ਨਹੀਂ ਰੱਖੀ, ਸਿਰਫ ਮੀਡੀਆ ਰੱਖੀ ਹੈ। ਅੱਜ ਮੀਡੀਆ ਨੂੰ ਤੁਸੀਂ ਵੀ ਇੱਥੇ ਆਏ, ਗਿਲਪਤੀ ਦੇ ਆਏ, ਵਕੀਲ ਸਾਹਿਬ ਦੇ ਘਰੇ ਚਾਹ ਪੀ ਕੇ ਆਏ, ਸਾਡੇ ਸ਼੍ਰੋਮਣੀ ਕਮੇਟੀ ਦਾ ਇੱਕ ਮੈਨੇਜਰ ਰਿਟਾਇਰਮੈਂਟ ਸੀ, ਉਹਨੇ ਵੀ ਧੱਕੇ ਨਾਲ ਤਾਂ ਹੀ ਲੇਟ ਹੋ ਕੇ ਥੋੜ੍ਹਾ ਜਿਹਾ ਸੀ, ਉਹ ਕਹਿੰਦਾ ਮੇਰੇ ਘਰੇ ਵੀ ਚਾਹ ਪੀ ਕੇ ਜਾਓ। ਔਰ ਬਹੁਤ ਸੱਜਣ ਸੀ ਜਿਹੜੇ ਅੱਜ ਪ੍ਰੋਗਰਾਮ ਲੈਣਾ ਚਾਹੁੰਦੇ ਸੀ, ਅਸੀਂ ਕਿਹਾ ਤੁਹਾਡੇ ਫੇਰ ਰੱਖਾਂਗੇ। ਇਸ ਕਰਕੇ ਜਿਹੜੇ ਲੋਕ ਇਹ ਕਹਿੰਦੇ ਹੁਣ ਫੇਰ ਹੋ ਗਈ, ਇਹਨਾਂ ਨੂੰ ਕਿਹਾ ਵੀ ਹੋਰ ਕੁਛ ਨਹੀਂ ਚੱਲਦਾ, ਹੁਣ ਕਹਿੰਦੇ ਜੀ ਹੁਣ ਵਕੀਲ ਨੂੰ ਅਸੀਂ ਢੀਂਡਸਾ ਸਾਹਿਬ ਸਾਡੇ ਨਾਲ ਹੀ ਆ ਜਾਣਗੇ। ਮੈਂ ਪਿੱਛੇ ਪ੍ਰੈਸ ਨਾਲ ਕਹਿ ਕੇ ਆਇਆ ਕਿ ਦੋ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ, ਜਿਹਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੈ, ਇੱਕ ਕਾਂਗਰਸ, ਦੋ ਤੋਂ ਪਹਿਲਾਂ ਸਾਡਾ ਕਿਸੇ ਨਾਲ ਵੀ ਕਦੇ ਆ ਕੇ ਮੌਕੇ 'ਤੇ ਸਮਝੌਤਾ ਹੋ ਸਕਦਾ, ਲੇਕਿਨ ਦੋ ਨਾਲ ਕਿਸੇ ਵੀ ਕੀਮਤ 'ਤੇ ਸਮਝੌਤਾ ਨਹੀਂ ਹੋ ਸਕਦਾ। ਇਸ ਕਰਕੇ ਮੈਂ ਬੇਨਤੀ ਕਰਦਾ ਚਾਹੁੰਦਾ ਕਿ ਇਹ ਬਹੁਤ ਮੁੰਡਾ ਅੱਜ ਬਠਿੰਡੇ ਵਾਲਿਆਂ ਨੇ ਆ ਕੇ ਬਹੁਤ ਬੀਬੀਆਂ ਜਿਹਨਾਂ ਨੇ ਜੁਆਇਨ ਕੀਤਾ, ਇਹ ਨੌਜਵਾਨ ਯੂ ਪਿੰਗ ਵਾਲੇ ਪੋਟਾ ਸਿੰਘ ਗਿਲਪਤੀ ਨਾਲ ਆਏ ਨੇ ਬਹੁਤ ਬੜੇ, ਔਰ ਹੋਰ ਸੰਗਤ ਤਾਂ ਵਧੀਆ ਸੀ, ਲੇਕਿਨ ਸਾਨੂੰ ਇਸੇ ਕਰਕੇ ਲੇਟ ਹੋਣਾ ਪਿਆ, ਦੋ ਤਿੰਨ ਪ੍ਰੋਗਰਾਮ ਕੈਂਸਲ ਵੀ ਕਰਨੇ ਪਏ। ਇਸ ਕਰਕੇ ਵੀਰੋ ਬੇਨਤੀ ਕਰਨਾ ਹੈ, ਸਿਰਫ ਮੈਂ ਸਰਬਜੀਤ ਦੌਰਾਨ ਕਿਹਾ ਸੀ ਕਿ ਮੇਰੇ ਬਹੁਤ ਪਿਆਰੇ ਮਿੱਤਰ ਨੇ, ਮੈਂ ਸਹੀ ਗੱਲ ਤੁਹਾਨੂੰ ਦੱਸਦਾ, ਮੇਰੇ ਕੋਲ ਇਹਨਾਂ ਜਿਹੜੇ ਚੰਡੀਗੜ੍ਹ ਜਾਣਾ ਮੈਨੂੰ ਬਿਨਾਂ ਮਿਲੇ ਆਉਣੀ ਨਹੀਂ, ਕਹਿੰਦੇ ਬਿਨਾਂ ਮਿਲੇ ਨਹੀਂ ਆਏ, ਜੇ ਮੈਂ ਹੋਵੇ ਤਾਂ ਵੱਖਰੀ ਗੱਲ ਹੈ। ਮੈਂ ਇਹਨਾਂ ਨੂੰ ਕਿਹਾ, ਇਹਨਾਂ ਕਹਿੰਦਾ ਜੀ ਆਓ ਆਪਾਂ ਇਕੱਠ ਵੀ ਕਰਾਂਗੇ, ਬਲਕਿ ਇਹਨੂੰ ਜਦੋਂ ਕਿਹਾ ਮੈਨੂੰ ਕਹਿੰਦਾ, ਮੈਂ ਕਿਹਾ ਵੀ ਮੈਂ ਤਾਂ ਰੋਟੀ ਖਵਾਉਣੀ ਹੈ ਯਾਰ ਮੇਰੇ ਰਿਸ਼ਤੇਦਾਰ ਨੇ, ਕਹਿੰਦੇ ਨਹੀਂ ਤੂੰ ਨਹੀਂ ਰੋਟੀ ਖਵਾਉਣੀ। ਲੋ ਦੱਸੋ ਕੀ ਰੋਟੀ ਖਵਾਉਣ ਨੂੰ ਆਪਦੇ ਰਿਸ਼ਤੇਦਾਰਾਂ ਨੂੰ ਕੋਈ ਰੋਟੀ ਨਹੀਂ ਕੋਈ ਖਵਾ ਸਕਦਾ, ਪਰ ਇਹਨੇ ਫਿਰ ਅੱਜ ਇਹ ਕਹਿ ਕੇ ਚੰਗਾ ਤੁਸੀਂ ਮੈਂ ਰੋਕਿਆ, ਜੇ ਤੁਸੀਂ ਮੈਂ 100 ਬੰਦਾ ਬੁਲਾਉਣਾ ਸੀ 200-300 ਬੰਦਾ ਇਕੱਠਾ ਕਰੂੰਗਾ, ਔਰ ਤੁਹਾਨੂੰ ਸਾਰਿਆਂ ਤਕਲੀਫ ਦਿੱਤੀ ਹੈ। ਮੈਂ ਬੇਨਤੀ ਕਰਨਾ ਚਾਹੁੰਦਾ ਜਿਸਮ ਦਾ ਧਰਮ ਪਿਆਰਾ, ਹੋਰ ਸਭ ਕੁਛ ਸਿੱਖ ਬਰਦਾਸ਼ਤ ਕਰਦਾ ਤਾਂ ਉਹ ਧਰਮ ਦੀ ਜਦੋਂ ਉਹਨੂੰ ਚੋਟ ਵੱਜੇ ਧਰਮ ਨੂੰ ਚੋਟ ਵੱਜੇ ਉਹ ਬਰਦਾਸ਼ਤ ਨਹੀਂ ਕਰ ਸਕਦਾ, ਹੋਰ ਹਰ ਚੀਜ਼ ਬਰਦਾਸ਼ਤ ਕਰ ਸਕਦਾ। ਅੱਜ ਧਰਮ 'ਤੇ ਚੋਟ ਵੱਜੀ ਹੈ, ਔਰ ਜੋ ਸ਼੍ਰੋਮਣੀ ਕਮੇਟੀ ਦਾ ਹੋ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਪੜ੍ਹਿਆ ਹੋਣਾ, ਅਖਬਾਰਾਂ 'ਤੇ ਵੀ ਆਇਆ, ਟੀਵੀਆਂ 'ਤੇ ਵੀ ਆਇਆ ਕਿ 550 ਸਾਲਾਂ ਗੁਰੂ ਨਾਨਕ ਸਾਹਿਬ ਦਾ ਆਪਾਂ ਮਨਾ ਰਹੇ ਸੀ, ਤਲਵੰਡੀ ਸਾਬੋ ਨਾ ਸੋਰੀ ਸੁਲਤਾਨਪੁਰ ਇੱਕ ਟੈਂਟ ਲੱਗਿਆ, ਕੋਈ ਕਹਿੰਦਾ 50 ਲੱਖ ਦਾ, ਕਹਿੰਦਾ ਵੱਧ ਤੋਂ ਵੱਧ, ਕੋਈ ਕਹਿੰਦਾ 1 ਕਰੋੜ ਦਾ ਲਾ ਲਓ, ਉਹਦਾ 12 ਕਰੋੜ ਦਾ ਠੇਕਾ, ਉਹ ਕਿਉਂ ਕਹੋਗੇ ਵੀ ਕਿਉਂ ਨਹੀਂ, ਕਹਿੰਦੇ ਠੇਕਾ ਵੀ ਉਹੀ ਦੇ ਸਕਦਾ, ਟੈਂਡਰ ਵੀ ਉਹੀ ਦੇ ਸਕਦਾ ਜਿਹਨੇ ਉਹਦੇ ਲਾਈਵ ਕਰਨਾ ਹੋਵੇ, ਲਾਈਵ ਕਿਹਨੇ ਕਰਨਾ, PDC ਨੇ, ਫੋਟੋ ਕੋਈ ਆਈ ਨਹੀਂ ਸਕਦਾ, ਉਹਦਾ 12 ਕਰੋੜ ਦਾ ਹੋਇਆ। ਨਾਲ ਇਹ ਲਿਖ ਦਿੱਤਾ ਗਿਆ ਵੀ ਜੇ ਬਾਰਿਸ਼ ਬੁਰਸ਼ ਹੋ ਜਾਏ ਹੋਰ ਵੀ ਇਹ ਕਲੇਮ ਕਰ ਸਕਦੇ ਆ, ਉਹ ਤੋਂ ਬਾਅਦ 3 ਕਰੋੜ ਰੁਪਈਆ ਹੋਰ ਕਲੇਮ ਕਰਕੇ ਉਹ ਫਿਰ ਪਾਸ ਕਰਾ ਕੇ ਉਹ ਲੈ ਗਏ 15 ਕਰੋੜ ਰੁਪਈਆ ਇੱਕ ਟੈਂਟ ਦਾ। ਅਤੇ ਦੱਸੋ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਨਤਮਸਤਕ ਹੋਣ ਲਈ ਸੀ, 2 ਰੁਪਈਏ 'ਚ ਜਿੰਨਾ ਕਿਸੇ ਦੀ ਹਿੰਮਤ ਹੈ, 2 ਰੁਪਏ 5 ਰੁਪਏ 10 ਰੁਪਏ 1000 ਜੋ ਵੀ ਕਿਸੇ ਦੀ ਹਿੰਮਤ ਹੈ ਉਹ ਗੁਰੂ ਦੇ ਸਾਹਮਣੇ ਭੇਟ ਕਰਦਾ, ਔਰ ਉਹਨੂੰ ਐ ਲੁਟਾਇਆ ਜਾਵੇ, ਕਿਹੜਾ ਸਿੱਖਿਆ ਬਰਦਾਸ਼ਤ ਕਰੂੰਗਾ ਜੀ, ਕੌਣ ਸਿੱਖਿਆ ਜਿਹੜਾ ਇਸ ਤਰ੍ਹਾਂ ਦੇ ਗੱਲਾਂ ਬਰਦਾਸ਼ਤ ਕਰ ਸਕੂਗਾ। ਇਸ ਕਰਕੇ ਉਹਨਾਂ ਨੂੰ ਇਹ ਪੁੱਟ ਸੀ, ਮੈਂ ਉਹਨਾਂ ਨੂੰ ਉੱਧਰ ਵੀ ਕਿਹਾ ਸੀ, ਬੜਾ ਮਾਣ ਹੈ ਉਹਨਾਂ ਨੂੰ ਕਿ ਅਸੀਂ ਪੈਸੇ ਨਾਲ ਉਦੋਂ 100 ਵਰਸ ਕੀਤੀ ਹੋਈ ਸੀ, ਹਰ ਥਾਂ 'ਤੇ ਜਿੱਥੇ ਧਰਨਾ ਮਾਰਨਾ ਉੱਥੇ 100 ਵਰਸ ਤਾਂ ਉੱਥੋਂ ਬਾਹਰੋਂ ਭਰ ਕੇ ਲਿਆਓ ਅਤੇ ਬਾਕੀ ਜ਼ਿਲ੍ਹਿਆਂ ਨੇ ਇਕੱਠ ਕਰੋ। ਮੈਂ ਕਿਹਾ ਪੈਸਾ ਪੁਸਾ ਕੁਛ ਨਹੀਂ ਕਰਦਾ, ਜਦੋਂ ਲੋਕਾਂ ਦੇ ਲੋਕਾਂ ਦੀ ਸ਼ਕਤੀ ਵਿਗੜੇ, ਲੋਕਾਂ ਦੇ
ਹੈ ਗੁਰੂ ਕਿੱਥੇ ਵੱਸਦਾ, ਪਰਮਾਤਮਾ ਕਿੱਥੇ ਹੈ? ਤੁਹਾਡੇ ਅੰਦਰ ਹੈ। ਜਿਹਦੇ ਤੋਂ ਲੋਕ ਟੁੱਟ ਗਏ, ਜਿਹਦੇ ਸੰਗ ਟੁੱਟ ਗਈ, ਉਹਦੇ ਸਾਹਮਣੇ ਨਾ ਵੱਡੀਆਂ ਵੱਡੀਆਂ ਤਾਕਤਾਂ ਅੜੀਆਂ ਨੇ ਤੇ ਨਾ ਹੀ ਕੋਈ ਪੈਸਾ ਅੜਿਆ। ਔਰ ਉਹਨਾਂ ਨੇ ਸੰਗਰੂਰ ਵਿੱਚ ਦੇਖ ਲਿਆ, ਹੁਣ ਬਠਿੰਡੇ ਵਿੱਚ ਦੇਖ ਲਿਆ। ਜਦੋਂ ਕਾਨਫਰੰਸ ਕਰਾਂਗੇ ਸਾਡੇ ਤੋਂ ਬਾਅਦ, ਉਦੋਂ ਫਿਰ ਲੋਕ ਲੈਣ ਤੇ ਉਦੋਂ ਉਹਨਾਂ ਨੂੰ ਵੀ ਧਰਨਾ ਮਾਰਨਾ ਬਠਿੰਡੇ 'ਚ, ਔਰ ਆਪਾਂ ਵੀ ਕਰਨੀ ਹੈ ਤੇ ਉਦੋਂ ਵੀ ਦੇਖ ਲੈਣ ਵੀ ਕਿੰਨੇ ਲੋਕ ਨੇ ਜਿਹੜੇ ਆਪਣੇ ਧਰਮ ਨੂੰ ਪਿਆਰ ਕਰਦੇ ਨੇ, ਔਰ ਕਿੰਨੇ ਕੁ ਲੋਕ ਨੇ ਜਿਹੜੇ ਆਪਣੇ ਧਰਮ ਨੂੰ ਪਿਆਰ ਨਹੀਂ ਕਰਦੇ। ਇਸ ਕਰਕੇ ਤੁਹਾਡੇ ਕੋਲ ਬੇਨਤੀ ਹੈ, ਮੈਂ ਬਹੁਤ ਧੰਨਵਾਦ ਕਰਦਾ ਮੈਂ ਆਪਣੇ ਮਿੱਤਰ ਦਾ, ਕਿਹਨੇ ਤੁਹਾਨੂੰ ਸਾਰਿਆਂ ਨੂੰ ਇੱਥੇ ਬੁਲਾਇਆ ਮੈਨੂੰ, ਪਰ ਮੇਰੇ ਦਾਦੀਆਂ ਨੂੰ, ਬੀਬੀ ਨੂੰ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ। ਔਰ ਮੈਂ ਇੱਕ ਯਕੀਨ ਦੇ ਦਵਾਉਣਾ ਤੁਹਾਨੂੰ ਕਿ ਸਾਡਾ ਕੁਝ ਮਕਸਦ ਪਹਿਲਾਂ ਇਹ ਹੈ ਕਿ ਆਪਣੇ ਧਰਮ ਨੂੰ ਬਚਾਉਣਾ, ਉਸ ਤੋਂ ਬਾਅਦ ਅਸੀਂ ਇਹ ਨਹੀਂ ਹੈ ਕਿ ਸਰਕਾਰ ਦੇ ਖਿਲਾਫ਼, ਅਸੀਂ ਕਾਂਗਰਸ ਸਰਕਾਰ ਦੇ ਖਿਲਾਫ਼ ਵੀ ਲੜਾਈ ਲੜਨੀ ਹੈ। ਜਿਹੜੇ ਉਹਨਾਂ ਨੇ ਕੀਤਾ ਉਹ ਸਾਡਾ ਦੂਜਾ ਪੜਾਅ ਹੈ, ਉਹ ਵੀ ਲੜਾਂਗੇ, ਉਹਦੇ ਉਹਨਾਂ ਨੂੰ ਵੀ ਅਸੀਂ ਜਾਣ ਨਹੀਂ ਦਿੰਦੇ। ਇਸ ਕਰਕੇ ਪਹਿਲਾਂ ਆਪਣੇ ਧਰਮ ਨੂੰ ਬਚਾਈਏ, ਧਰਮ ਨੂੰ ਸਭ ਤੋਂ ਪਹਿਲਾਂ, ਇਸ ਕਰਕੇ ਉਹਨੂੰ ਬਚਾਉਣ ਲਈ ਤੁਹਾਡੇ ਕੋਲ ਅਪੀਲ ਕਰਨ ਆਇਆ ਕਿ ਆਓ। ਇਸ ਜਿਵੇਂ ਬੀਬੀ ਨੇ ਕਿਹਾ ਸੀ, ਇਸ ਨੂੰ ਹੋਰ ਨਾਲ ਵੱਡਾ ਕਰੀਏ, ਔਰ ਆਪਾਂ ਸਾਰੇ ਇਕੱਠੇ ਹੋ ਕੇ ਆਪਣੇ ਧਰਮ ਨੂੰ ਬਚਾਈਏ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।